ਦੇ ਪਿਤਾ ਸਰਦਾਰ ਮਾਲਾ ਸਿੰਘ ਗਿੱਲ ਦੁਬਾਰਾ ਸ਼ੁਰੂ ਕਰ ਸਰ ਜੀ ਮੇਰਾ ਨਾਮ ਸੁਰਜੀਤ ਸਿੰਘ ਪੁੱਤਰ ਮਾਲਾ ਸਿੰਘ ਪਿੰਡ ਬਲੋਟ ਦਾ ਰਹਿਣ ਵਾਲਾ ਹਾਂ ਮੈਂ ਆਪਦੇ ਫਾਦਰ ਤੋਂ ਜ਼ਮੀਨ ਆਪਦੇ ਨਾਂ ਆਪਣਾ ਨਾਂ ਕੀ ਕਰਵਾਈ ਸੀਗੀ 29 ਕਨਾਲ 1 ਤੇ 2 ਕਨਾਲ 1 ਤੇ ਉਹਦੇ ਬਦਲੇ ਮੈਂ ਇਹਨਾਂ ਕੋਲੇ 23 ਅਕਤੂਬਰ ਨੂੰ ਜਮਾਬੰਦੀ ਦੀ ਰਸੀ ਦੀ ਕਾਪੀ ਲੈ ਕੇ ਪਟਵਾਰੀ ਸਾਹਿਬ ਕੋਲੇ ਆਇਆ ਇਹਨਾਂ ਕਹਿੰਦੇ ਕਾਕਾ ਮੈਨੂੰ ਫੀਸ ਚਾਹੀਦੀ ਹੈ ਮੈਂ ਕੋਈ ਨਹੀਂ ਆਪਾਂ ਕਰ ਲਾਂਗੇ ਤੁਸੀਂ ਰਸੀ ਆਪਣੇ ਅੰਤਕਾਲ ਕਰੋ ਮੇਰੇ ਨਾਂ ਤੇ ਤੇ ਉਸ ਦਿਨ ਮੈਂ ਚਲਾ ਗਿਆ ਮੈਂ ਐਵੇਂ ਹੱਸਦੇ ਹੋਣੇ ਮੈਂ ਇਹਨੂੰ ਕਿਸੇ ਤੋਂ ਕਹਿੰਦਾ ਫੀਸ ਮੰਗਣੀ ਇਹਨਾਂ ਨੇ ਤੇ ਮੈਂ ਉਦੋਂ ਬਾਅਦ ਦੋ ਫੋਨ ਕਰਵਾਏ ਉਹਨਾਂ ਦਾ ਕੋਈ ਅਸਰ ਨਾ ਹੋਇਆ ਮੈਂ 24 ਨਵੰਬਰ ਨੂੰ ਦੁਬਾਰਾ ਮੁੜ ਕੇ ਇਹਨਾਂ ਕੋਲੇ ਆਇਆ ਇਹਨਾਂ ਮੈਨੂੰ ਕਿਹਾ ਕਾਕਾ ਤੂੰ ਫੀਸ ਨਹੀਂ ਦੇ ਗਿਆ ਤੇਰੇ ਇੰਤਕਾਲ ਨਹੀਂ ਹਜੇ ਹੋਏਗੇ ਮੈਂ ਕਿਹਾ ਜੀ ਮੈਂ ਚਲੋ ਮੇਰੇ ਕੋਲ ਜੋ ਮੈਨੂੰ ਪੈਸੇ ਕਿਹਨੇ ਲਿਆ ਤੂੰ ਮੈਂ ਮਰੀਜ਼ ਦਾ 2000 ਰੁਪਈਆ ਹੀ ਆ ਉਹਨਾਂ ਨੇ ਦੋ ਮੈਥੋਂ ਲੈ ਲਿਆ ਤੇ ਮੈਨੂੰ ਆ ਦੇ ਹੋ ਬਾਕੀ ਦੇ ਜੀ ਤੂੰ ਤੇ ਦੋ ਤਿੰਨ ਦਿਨਾਂ ਮੈਂ ਫਿਰ ਆਇਆ ਕਹਿੰਦੇ ਫਿਰ ਦੂਜੇ ਨੂੰ ਦੇ ਕੇ ਗਿਆ ਮੈਂ ਉਹਦੇ 1000 ਰੁਪਏ ਮੈਸੇਜ ਉਹ ਸੀ ਮੈਂ ਮੇਰਾ ਭਰਾ ਨਹੀਂ ਆਇਆ ਵਿਆਹ ਗਿਆ ਹੋਇਆ ਇੱਥੇ ਗੁਰਦਾਸਪੁਰ ਉਹ ਆਊਗਾ ਤੇ ਉਹ ਤੋਂ ਮੈਂ ਲੈ ਕੇ ਦੇਣੇ ਉਹ ਤੋਂ ਠੇਕਾ ਲੈਣਾ ਮੈਂ ਉਹ ਤੋਂ ਮੈਂ 1000 ਰੁਪਏ ਲਿਆ ਉਹਦੇ 1000 ਰੁਪਏ ਮੇਰੀ ਜੇਬ ਸੀਗਾ 1000 ਮੈਂ ਉੱਥੋਂ ਫੇਰ ਲੈ ਲਿਆ ਉਸ ਸ਼ੁੱਕਰਵਾਰ ਆਹ ਜਿਹੜਾ ਹੁਣ ਲੰਘਿਆ ਪਿਛਲਾ ਉਸ ਦਿਨ ਮੈਂ ਉਹ 1000 ਰੁਪਈਆ ਦੇ ਕੇ ਆ ਸੀਗਾ ਉਸ ਤੋਂ ਬਾਅਦ ਮੈਨੂੰ ਕਹਿੰਦੇ ਯਾਰ ਤੂੰ ਐਂ ਕਰੀ ਬਾਕੀ ਪੈਸੇ ਦੇ ਕੇ ਜਾ ਕਰ ਲਓ ਕੱਲ੍ਹ ਸ਼ਨੀਵਾਰ ਆ ਤੇ ਮੈਨੂੰ ਆ ਫੋਨ ਕਰ ਲਈ ਫੋਨ ਨਹੀਂ ਡੈਡ ਦੇ ਲਿਖਤਾ ਉਹਨਾਂ ਨੇ ਤੇ ਉਸ ਤੋਂ ਉਪਰੰਤ ਮੈਨੂੰ ਕਹਿੰਦੇ ਵੀ ਤੂੰ ਮੈਂ ਸੋਮਵਾਰ ਨੂੰ ਅੱਜ ਸ਼ਨੀਵਾਰ ਨਹੀਂ ਆਇਆ ਜਾਣਾਗਾ ਤੇ ਮੈਂ ਆਊਂਗਾ ਸੋਮਵਾਰ ਨੂੰ ਸੋਮਵਾਰ ਅੱਜ ਮੈਂ ਪੈਸੇ ਲੈ ਕੇ ਆਇਆ ਜਾ ਕੇ ਦੇ ਤੇ ਬਰਾਮਦ ਕੀਤੇ ਆ ਤੇ ਮੈਂ ਉਹਨੂੰ ਕਿਹਾ ਮੈਂ ਪਟਵਾਰੀ ਸਾਹਿਬ ਮੇਰਾ ਕੰਮ ਕਹਿੰਦਾ ਯਾਰ ਜੋੜ ਜਮ ਜਿਹਦੇ ਵਿੱਚ ਤਾਂ ਹੋ ਗਿਆ ਪਰ ਇੱਕ ਜਿਹੜੀ ਜਮ੍ਹਾਂਬੰਦੀ ਆ ਸਰਕਾਰੀ ਉਹ ਚ 2-4 ਦਿਨ ਲੱਗਣ ਗਏ ਹਜੇ ਬਸ ਇੰਨੀ ਗੱਲ ਕਿੰਨੇ ਪੈਸੇ ਦਿੱਤੇ ਤੁਸੀਂ ਅੱਜ 3000 ਰੁਪਇਆ ਤੇ ਆਪਣੇ ਪ੍ਰੋਗਰਾਮ ਦਊਂਗੀ ਨਰਿੰਦਰ ਕੁਮਾਰ ਇਹ ਵਿਜੀਲੈਂਸ ਕੋਲੇ ਕਦੋਂ ਪਹੁੰਚ ਕੀਤੀ ਤੁਸੀਂ ਮੈਂ ਜਿੱਤੇ ਮੈਂ ਅੱਜ ਕੀ ਰਿਕਾਰਡਿੰਗ ਵਗੈਰਾ ਸੀ ਤੁਹਾਨੂੰ ਹੈ ਰਿਕਾਰਡਿੰਗ ਵਗੈਰਾ ਰਿਕਾਰਡਿੰਗ ਸੀ ਉਹ ਜਿਹੜੀ 10 ਤਰੀਕ ਦੀ ਆ ਜਿਹਦੇ 10000 ਰੁਪਏ ਦੇ ਕੇ ਨਹੀਂ ਕੋਈ ਮੋਬਾਈਲ ਤੇ ਮੰਨਦੇ ਆ ਵੀ ਪੈਸੇ ਮੋਬਾਈਲ ਤੇ ਮੰਗਦੇ ਆ ਤੁਹਾਡੇ ਕੋਲੇ ਕਿਸ ਤਰੀਕੇ ਨਹੀਂ ਨਹੀਂ ਮੈਂ ਖੁਦ ਆਇਆ ਸੀ ਇਹਦੇ ਕੋਲੇ ਅੱਛਾ ਇਕੱਲੇ ਬੈਠ ਕੇ ਸਾਡੇ ਦੋਹਾਂ ਸਾਹਮਣੇ ਗੱਲ ਹੋਈ ਦੋਹਾਂ ਅੱਜ ਟੋਟਲ ਕਿੰਨੇ ਪੈਸੇ ਦਿੱਤੇ ਤੁਸੀਂ ਅੱਜ 3000 ਰੁਪਏ ਟੋਟਲ ਮੰਗੇ ਕਿੰਨੇ ਟੋਟਲ ਨੇ ਮੰਗੇ ਪਹਿਲੇ ਤਾਂ ਮੈਂ ਹੱਥ ਮੇਰਾ ਹੱਥ ਹੋਣਾ ਹੈ ਯਾਰ ਇਹ ਮੈਂ ਕਿਹਾ ਮੈਨੂੰ ਮੈਂ ਕਿਹਾ ਕਿੰਨੇ ਦੀ ਦੱਸੋ ਚਲੋ ਜਨਾਬ ਬਸ ਇੰਨਾ ਕਿ ਤਾਂ ਦੱਸੋ ਕਿੰਨੇ ਮੰਗੇ ਹੈ ਕਿੰਨੇ ਮੰਗੇ ਮੰਗੇ ਬਸ ਮੈਂ 6000 ਰੁਪਏ ਲਿਆ ਟੋਟਲ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਵਿਰਿੰਦਰ ਕੁਮਾਰ ਜੀ ਦਿਸ਼ਾ ਨਿਰਦੇਸ਼ਾਂ ਤੇ SSP ਵਿਜੀਲੈਂਸ ਬਿਊਰੋ ਬਠਿੰਡਾ ਸਦਾ ਹਰਪਾਲ ਸਿੰਘ ਜੀ ਦੀ ਰਹਿਨਮਾਈ ਹੇਠ ਅੱਜ ਅਸੀਂ ਸੁਰਜੀਤ ਸਿੰਘ ਵਾਸੀ ਮਲੋਟ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਨਰਿੰਦਰ ਕੁਮਾਰ ਨੀਟਾ ਜਿਹੜਾ ਹਲਕਾ ਮਲੋਟ ਵਿਖੇ ਤੈਨਾਤ ਸੀ ਉਹਨੂੰ 3000 ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਜਿਸ ਦੀ ਡਿਮਾਂਡ 10000 ਰੁਪਏ ਦੀ 3000 ਪਹਿਲਾਂ ਲੈ ਲਿਆ ਸੀ ਤੇ 3000 ਜਿਹੜਾ ਅੱਜ ਲੈਂਦੇ ਨੂੰ ਰੰਗੇ ਹੱਥੀ ਕਾਬੂ ਕੀਤਾ ਇਸ ਸੰਬੰਧੀ ਮੁਕੱਦਮਾ ਨੰਬਰ 24 ਜਿਹੜਾ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰਜਿਸਟਰਡ ਕਾਰਜ ਕੀਤਾ ਜਾ ਚੁੱਕਿਆ।